ਸਤਿ ਸ਼੍ਰੀ ਅਕਾਲ ਜੀ। ਤੁਸੀਂ ਸਾਰੇ ਫੀਡ ਬਾਰੇ ਬੜੇ ਨਾ ਪਰੇਸ਼ਾਨ ਰਹਿੰਦੇ ਹੋ ਕਿ ਸਾਨੂੰ ਆਪਣੀ ਫੀਡਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਉਣੀਆਂ ਚਾਹੀਦੀਆਂ ਅਤੇ ਕਿਹੜਾ ਅਨਾਜ ਜਿਹੜਾ ਹੈਗਾ ਉਹ ਸਾਨੂੰ ਆਪਣੇ ਜਾਨਵਰਾਂ ਵਾਸਤੇ ਸਿਲੈਕਟ ਕਰਨਾ ਚਾਹੀਦਾ। ਦੇਖੋ ਜੀ, ਅਨਾਜਾਂ ਦੇ ਵਿੱਚ ਅਸੀਂ ਮੱਕੀ, ਜਵਾਰ, ਕਣਕ, ਜੌਂ, ਬਾਜਰਾ, ਇਹੋ ਜਿਹੇ ਬੜੀਆਂ ਸਾਰੇ ਅਨਾਜ ਆ ਜਾਂਦੇ ਨੇ ਜੋ ਅਸੀਂ ਇਸਤੇਮਾਲ ਕਰਦੇ ਹਾਂ ਆਪਣੇ ਜਾਨਵਰਾਂ ਨੂੰ ਐਨਰਜੀ ਪੂਰੀ ਕਰਨ ਵਾਸਤੇ। ਇਹਨਾਂ ਅਨਾਜਾਂ ਦੇ ਵਿੱਚੋਂ ਸਭ ਤੋਂ ਚੰਗਾ ਅਨਾਜ ਕਿਹੜਾ ਸਾਡੇ ਜਾਨਵਰ ਵਾਸਤੇ, ਉਹ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਅਸੀਂ ਕਿਵੇਂ ਪਤਾ ਕਰ ਸਕਦੇ ਹਾਂ। ਅਨਾਜ ਜਿਹੜਾ ਵੀ ਹੁੰਦਾ ਨਾ, ਉਹਦੇ ਵਿੱਚ ਇੱਕ TDN ਵੈਲਿਊ ਆਉਂਦੀ ਹੈ। TDN ਦਾ ਮਤਲਬ ਹੁੰਦਾ ਟੋਟਲ ਡਾਈਜੈਸਟੇਬਲ ਨਿਊਟ੍ਰੀਸ਼ਨ। ਜਿਹੜਾ ਵੀ ਤੁਸੀਂ ਅਨਾਜ ਸਿਲੈਕਟ ਕੀਤਾ ਆਪਣੇ ਜਾਨਵਰ ਦੀ ਫੀਡ ਦੇ ਵਿੱਚ ਪਾਉਣ ਵਾਸਤੇ, ਉਹ ਅਨਾਜ ਦੀ ਤੁਸੀਂ TDN ਵੈਲਿਊ ਵੇਖਣੀ ਹੈ। ਜਿੰਨੀ ਜ਼ਿਆਦਾ TDN ਵੈਲਿਊ ਹੁੰਦੀ ਹੈ ਨਾ ਅਨਾਜ ਦੀ, ਓਨਾ ਹੀ ਜ਼ਿਆਦਾ ਬਿਹਤਰ ਅਨਾਜ ਜਿਹੜਾ ਹੁੰਦਾ ਉਹ ਜਾਨਵਰ ਵਾਸਤੇ ਮੰਨਿਆ ਜਾਂਦਾ। ਤੁਹਾਨੂੰ ਮੈਂ ਦੱਸਦੀ ਹਾਂ, ਫੋਰ ਐਗਜ਼ਾਮਪਲ ਕਿ ਜਿਵੇਂ ਮੱਕੀ ਹੈ, ਮੱਕੀ ਦੀ ਜਿਹੜੀ TDN ਵੈਲਿਊ ਹੁੰਦੀ ਹੈ ਨਾ ਉਹ 85-90% ਤੱਕ ਹੋ ਜਾਂਦੀ ਹੈ ਇੱਕ ਵਧੀਆ ਕੁਆਲਿਟੀ ਦੀ ਮੱਕੀ। ਇਹਦਾ ਮਤਲਬ ਹੁੰਦਾ ਕਿ ਜੇ 10 ਕਿਲੋ ਤੁਸੀਂ ਆਪਣੇ ਜਾਨਵਰ ਨੂੰ ਮੱਕੀ ਪਾਈ ਹੈ ਨਾ ਉਹਦੇ ਸਾਹਮਣੇ, ਉਹਦੇ ਵਿੱਚੋਂ 9 ਕਿਲੋ ਮੱਕੀ ਦਾ ਅਸਰ ਉਹਨੂੰ ਪੂਰਾ 100% ਮਿਲੇਗਾ। 90% ਮੱਕੀ ਉਹਦੇ ਅੰਦਰ ਪਚੇਗੀ, ਠੀਕ ਹੈ। 10% ਮੱਕੀ ਨਾ ਪਚਣ ਯੋਗ ਵੀ ਹੁੰਦੀ ਹੈ ਅਤੇ 90% ਮੱਕੀ ਉਹਨੂੰ ਪਚੇਗੀ, ਮੱਚੇਗੀ। ਇੱਦਾਂ ਜਿੱਦਾਂ ਬਾਜਰੇ ਦਾ ਤੁਸੀਂ ਦੇਖ ਸਕਦੇ ਹੋ, ਬਾਜਰੇ ਦੀ 70-75% ਚੱਲਦੀ ਹੈ। ਇੱਦਾਂ ਹਰ ਇੱਕ ਰਾਸ਼ਨ ਦੀ, ਹਰ ਇੱਕ ਚੀਜ਼ ਦੀ TDN ਵੈਲਿਊ ਦੱਸੀ ਗਈ ਹੁੰਦੀ ਹੈ। ਤੁਸੀਂ ਸਿੰਪਲ ਗੂਗਲ ਦੇ ਉੱਤੇ ਜਾ ਕੇ ਇੰਟਰਨੈਟ 'ਤੇ ਸਰਚ ਕਰ ਸਕਦੇ ਹੋ ਕਿ ਜਿਹੜੇ ਵੀ ਚੀਜ਼ਾਂ ਤੁਸੀਂ ਆਪਣੇ ਜਾਨਵਰ ਦੀ ਫੀਡ ਵਾਸਤੇ ਚੁਣੀਆਂ ਹੋਈਆਂ ਨੇ ਉਹਨਾਂ ਦੀ TDN ਵੈਲਿਊ ਕੀ ਹੈ, ਠੀਕ ਹੈ। ਫਿਰ ਇਹ ਤੁਸੀਂ ਆਪ ਪਤਾ ਕਰ ਸਕਦੇ ਹੋ ਕਿ ਜਿਹੜੀਆਂ ਚੀਜ਼ਾਂ ਤੁਸੀਂ ਆਪਣੇ ਜਾਨਵਰ ਦੀ ਫੀਡ ਦੇ ਵਿੱਚ, ਰਾਸ਼ਨ ਦੇ ਵਿੱਚ ਪਾਈਆਂ ਨੇ, ਉਹ ਉਹਨੂੰ ਕਿੰਨਾ ਅਸਰ ਕਰਨਗੀਆਂ ਅਤੇ ਕਿੰਨਾ ਬੇਅਸਰ ਰਹਿਣਗੀਆਂ, ਕਿੰਨਾ ਪਰਸੈਂਟ ਉਹਨੂੰ ਪਚੇਗਾ ਨਹੀਂ। ਜਿੱਦਾਂ ਮੱਕੀ 90% ਪਚਦੀ ਹੈ, 10% ਨਹੀਂ ਪਚਦੀ, ਇੱਦਾਂ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਦੇ ਵੀ ਰਾਸ਼ਨ ਦਾ ਤੁਸੀਂ ਕੈਲਕੂਲੇਟ ਕਰ ਸਕਦੇ ਹੋ। ਇਹ ਬੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ। ਅੱਜ ਕੱਲ੍ਹ ਕੀ ਹੈ ਕਿ ਡੇਅਰੀ ਫਾਰਮਿੰਗ ਦੇ ਵਿੱਚ ਰਿਸਰਚ ਬੜੀ ਆਉਣ ਲੱਗ ਪਈ ਨੇ, ਇਹਨਾਂ ਚੀਜ਼ਾਂ ਦੀ ਵੈਲਿਊਸ ਆਮ ਤੁਹਾਨੂੰ ਇੰਟਰਨੈਟ 'ਤੇ ਮਿਲ ਜਾਂਦੀਆਂ ਨੇ। ਬਸ ਕਮੀ ਹੈ ਤੁਹਾਡੇ ਸਰਚ ਕਰਨ ਦੀ। ਜੇ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਜੇ ਸਰਚ ਕਰਨੀ ਸ਼ੁਰੂ ਕਰ ਦਿਓਗੇ ਨਾ, ਤੁਹਾਨੂੰ ਬਹੁਤ ਫਾਇਦੇ ਮਿਲਣ ਵਾਲੇ ਨੇ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਬਾਕੀ ਜਿਹੜੇ ਘਰ ਆਪਣਾ ਫੀਡ ਫਾਰਮੂਲਾ ਬਣਾ ਕੇ ਪਾਉਂਦੇ ਨੇ ਉਹਨਾਂ ਨੂੰ ਇਹ ਚੀਜ਼ ਪਤਾ ਹੋਏ ਕਿ ਅਸੀਂ ਕਿਹੜੀ ਚੀਜ਼ ਬਿਹਤਰ ਹੈ ਅਤੇ ਕਿਹੜੀ ਚੀਜ਼ ਸਾਡੇ ਜਾਨਵਰ ਨੂੰ ਜ਼ਿਆਦਾ ਪਚਦੀ ਹੈ, ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦੀ ਨੌਲੇਜ ਹੋ ਸਕੇ। ਆਪਾਂ ਮਿਲਾਂਗੇ ਕੱਲ੍ਹ ਨੂੰ ਇੱਕ ਨਵੀਂ ਬਹੁਤ ਵਧੀਆ ਜਾਣਕਾਰੀ ਦੇ ਨਾਲ। ਤਦ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਬਾਏ ਬਾਏ।